ਪੰਜਾਬ ਭਾਰ ਵਿੱਚ ਬੀਤੇ 2 ਦਿਨ ਤੋਂ ਲਗਾਤਾਰ ਮੌਸਮ ਬਦਲਵਾਈ ਵਾਲਾ ਬਣਿਆ ਹੋਇਆ ਹੈ ਅਤੇ ਕਈ ਥਾਵਾਂ ਤੇ ਰੁਕ ਰੁਕ ਕੇ ਬਰਸਾਤ ਵੀ ਹੋ ਰਹੀ ਹੈ। ਲੁਧਿਆਣਾ ਦੇ ਵਿੱਚ ਵੀ ਅੱਜ ਸਵੇਰੇ ਹਲਕੀ ਬਾਰਿਸ਼ ਹੋਈ ਅਤੇ ਮੌਸਮ ਬਦਲਵਾਈ ਵਾਲਾ ਬਣਿਆ ਰਿਹਾ ਅਤੇ ਪਾਰੇ ਦੇ ਵਿੱਚ ਵੀ ਗਰਾਵਟ ਮਹਿਸੂਸ ਕੀਤੀ ਗਈ। ਉਥੇ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਰਵਜੋਤ ਕੌਰ ਨੇ ਕਿਹਾ ਕਿ ਅਗਲੇ 24 ਘੰਟਿਆਂ ਤੱਕ ਉੱਤਰ ਪਾਰ ਦੇ ਹਿੱਸਿਆਂ ਵਿੱਚ ਅਜਿਹਾ ਮੌਸਮ ਬਣਿਆ ਰਹੇਗਾ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਇਹ ਮੌਸਮ ਕਿਸਾਨਾਂ ਲਈ ਬਹੁਤਾ ਅਨੁਕੂਲ ਨਹੀਂ ਹੈ ਕਿਉਂਕਿ ਹੁਣ ਕਣਕ ਪੱਕ ਚੁੱਕੀਆਂ ਹਨ ਅਤੇ ਕਟਾਈ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਕਿ ਜੋ ਕਿਸਾਨ ਕਣਕ ਦੀ ਵਾਢੀ ਕਰਨਾ ਚਾਹੁੰਦੇ ਨੇ ਉਹ ਫਿਲਹਾਲ ਕੁਝ ਦਿਨ ਤੱਕ ਰੁਕ ਜਾਣ। ਜਿਹੜੀ ਸਾਨੂੰ ਕਲਾਊਡ ਪਿਕਚਰ ਦੇਖਣ ਨੂੰ ਮਿਲ ਰਹੀ ਹੈ ਉਹਦੇ ਤੋਂ ਇੱਕ ਲੋ ਪ੍ਰੈਸ਼ਰ ਏਰੀਆ ਨਿੰਨੂ ਕੇ ਅਸੀਂ ਵੈਸਟਰਨ ਡਿਸਟਰਬਲਸ ਵੀ ਕਰਨੇ ਆ ਇਹ ਪਾਕਿਸਤਾਨ ਅਫਗਾਨਿਸਤਾਨ ਏਰੀਆ ਤੋਂ ਨਾਰਥ ਇੰਡੀਆ ਦੇ ਉੱਪਰ ਦੀ ਮੂਵ ਕਰ ਰਿਹਾ ਹੈ ਇਹ ਥੋੜਾ ਜਿਹਾ ਇੰਟੈਂਸੀਫਾਈ ਇਸ ਕਰਕੇ ਹੋ ਗਿਆ ਕਿ ਇਹਨਾਂ ਨਾਲ ਦੇ ਨਾਲ ਅਰੇਬੀਅਨ ਸੀ ਜਿਸ ਨੂੰ ਅਸੀਂ ਅਰਬ ਦੀ ਖਾੜੀ ਕਹਿੰਦੇ ਆ ਉੱਥੋਂ ਵੀ ਮੋਇਸਚਰ ਲੈ ਰਿਹਾ ਹੈਗਾ ਹੈ ਅਰੇਬੀਅਨ ਸੀ ਤੋਂ ਤੇ ਦੋਨੇ ਜਦੋਂ ਕਨਵਰਜ ਹੋ ਜਾਂਦੇ ਆ ਉਹਦੇ ਵਿੱਚ ਮੋਇਸਚਰ ਕੰਟੈਂਟ ਕਾਫੀ ਵੱਧ ਜਾਂਦਾ ਹੈ ਇਸੇ ਕਰਕੇ ਪੂਰੇ ਪੰਜਾਬ ਦੇ ਵਿੱਚ ਹੀ ਬੱਦਲਬਾਈ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਹੈਗੀ ਹੈ ਚੱਲ ਰਹੀ ਹੈ ਇਹ ਸਿਸਟਮ 21 ਮਾਰਚ ਤੋਂ ਸ਼ੁਰੂ ਹੋਇਆ ਹੈ ਐਂਡ ਅਜੇ ਆਉਣ ਵਾਲੇ 24 ਘੰਟੇ ਤੱਕ ਇਸ ਤਰ੍ਹਾਂ ਹੀ ਚੱਲੇਗਾ ਇਹਦੇ ਨਾਲ ਬੱਦਲਵਾਈ ਹਲਕੀ ਤੋਂ ਦਰਮਿਆਨੀ ਬਰਖਾ ਕਿਤੇ ਕਿਤੇ ਤੇ ਨਾਲ ਦੇ ਨਾਲ ਤੇਜ਼ ਹਵਾਵਾਂ ਦੀ ਫੋਰਕਾਸਟ ਹੈਗੀ ਹੈ ਮੈਂ ਕਿਸਾਨਾਂ ਲਈ ਮੌਸਮ ਕਿਸ ਤਰ੍ਹਾਂ ਦਾ ਲਾਭ ਦੇਗਾ ਅਸੀਂ ਆਪਣੇ ਕਿਸਾਨ ਵੀਰਾਂ ਨੂੰ ਇਹ ਐਡਵਾਈਜ਼ਰੀ ਦਿੱਤੀ ਸੀ ਵੀ ਕਿਉਂਕਿ ਸਿਸਟਮ ਆ ਰਿਹਾ ਹੈ ਜਿਹੜਾ ਕਾਫੀ ਸਟਰੋਂਗ ਵੀ ਹੈ ਇਸ ਕਰਕੇ ਜੇ ਤੁਸੀਂ ਆਪਣੇ ਫਸਲ ਦਾ ਕਟਾਈ ਦਾ ਕੋਈ ਵੀ ਆਪਰੇਸ਼ਨ ਇਸ ਵੇਲੇ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਥੋੜਾ ਜਿਹਾ ਰੋਕ ਲਓ ਉਹਨੂੰ ਵਿਥੋਲਡ ਕਰ ਲਓ ਤੇ ਜਦੋਂ ਇਹ ਸਿਸਟਮ 23 ਮਾਰਚ ਤੋਂ ਬਾਅਦ ਕਲੀਅਰ ਹੋ ਜਾਏਗਾ ਫਿਰ ਉਸ ਤੋਂ ਬਾਅਦ ਕਲੀਅਰ ਹੈਗਾ ਤੁਸੀਂ ਉਦੋਂ ਕਿਸੇ ਵੀ ਤਰ੍ਹਾਂ ਦਾ ਹਾਰਵੈਸਟਿੰਗ ਆਪਰੇਸ਼ਨ ਜਿਹੜਾ ਉਹ ਸ਼ੁਰੂ ਕਰੋ ਕਿਉਂਕਿ ਇਹੋ ਜਿਹਾ ਮੌਸਮ ਜਿਹੜਾ ਹੈਗਾ ਉਹ ਕਟਾਈ ਵਾਸਤੇ ਅਨੁਕੂਲ ਨਹੀਂ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਸਾਡੀ ਕਾਫੀ ਥਾਵਾਂ ਤੇ ਕਣਕ ਦੀ ਫਸਲ ਵੀ ਤਿਆਰ ਹੈ ਕਟਾਈ ਵਾਸਤੇ ਨਾਲ ਦੇ ਨਾਲ ਸਰੋਂ ਦੀ ਫਸਲ ਜਿਹੜੀ ਹੈਗੀ ਆ ਮਸਟਰਡ ਹੈ ਉਹਦੀ ਕਟਾਈ ਚੱਲ ਰਹੀ ਹੈ ਕਾਫੀ ਥਾਵਾਂ ਤੇ ਹੋ ਵੀ ਚੁੱਕੀ ਹੈ ਕੁਝ ਇੱਕ ਜਿਹੜੀ ਰਹਿ ਵੀ ਗਈ ਹੈ ਸੋ ਐਡਵਾਈਜ਼ਰੀ ਸਾਡੀ ਆਈ ਸੀ ਕਿ ਥੋੜੇ ਦਿਨ ਤੁਸੀਂ ਇਹਨੂੰ ਸਿਸਟਮ ਨੂੰ ਪਾਸ ਹੋ ਲੈਂਦੋ ਉਹਦੇ ਬਾਅਦ ਆਪਣੇ ਆਪਰੇਸ਼ਨਸ ਅਨਟੇਕ ਕਰੋ